ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ, ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰਸ ਅਤੇ ਸੌਂਗ ਰਾਈਟਰਸ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਦੀ, ਜਿੱਥੇ ਸਿੱਧੂ ਮੂਸੇਵਾਲਾ ਅਤੇ ਕਰਨ ਔਜਲਾ ਆਪਣੀ ਕੰਟਰੋਵਰਸੀ ਦੇ ਕਰਕੇ ਆਪਣੇ ਫੈਨਸ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੇ ਨੇ, ਉੱਥੇ ਹੀ ਹਾਲ ਹੀ ਦੇ ਵਿੱਚ ਇਹ ਦੋਨੋਂ ਸਿੰਗਰਸ ਆਪਣੇ ਆਪਣੇ ਗਾਣੇ ਧੱਕਾ ਅਤੇ ਚਿੱਟਾ ਕੁੜਤਾ ਕਰਕੇ ਵੀ ਆਪਣੇ ਫੈਨਸ ਦੇ ਵਿੱਚ ਚਰਚਾ ਦੇ ਵਿੱਚ ਰਹੇ ਨੇ। ਜੇਕਰ ਗੱਲ ਕਰੀਏ ਇਹਨਾਂ ਦੋਨਾਂ ਗਾਣਿਆਂ ਦੀ, ਤਾਂ ਇਹਨਾਂ ਦੋਨਾਂ ਗਾਣਿਆਂ ਨੂੰ ਰਿਲੀਜ਼ ਹੋਇਆ ਲਗਭਗ 2 ਹਫ਼ਤੇ ਹੋਣ ਨੂੰ ਆ ਰਹੇ ਨੇ, ਅਤੇ ਇਹਨਾਂ 2 ਹਫ਼ਤਿਆਂ ਦੇ ਵਿੱਚ ਕਿਸ ਤਰੀਕੇ ਨਾਲ ਕੀਤਾ ਦਰਸ਼ਕਾਂ ਨੇ ਇਹਨਾਂ ਗਾਣਿਆਂ ਨੂੰ ਪਸੰਦ, ਤੁਸੀਂ ਵੀ ਵੇਖੋ। ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਗਾਣਾ ਧੱਕਾ ਅਤੇ ਕਰਨ ਔਜਲਾ ਦੇ ਗਾਣੇ ਚਿੱਟਾ ਕੁੜਤਾ ਨੂੰ 1 ਦਿਨ ਦੇ ਫਰਕ 'ਤੇ ਰਿਲੀਜ਼ ਕੀਤਾ ਗਿਆ ਸੀ। ਅੱਜ ਇਹਨਾਂ ਦੋਨਾਂ ਗਾਣਿਆਂ ਦੇ ਰਿਲੀਜ਼ ਨੂੰ ਲਗਭਗ 2 ਹਫ਼ਤੇ ਹੋਣ ਨੂੰ ਆ ਚੁੱਕੇ ਨੇ, ਤੇ ਆਓ ਦੇਖੀਏ ਕਿੱਦਾਂ ਦਾ ਰਿਸਪੌਂਸ ਮਿਲਿਆ ਇਹਨਾਂ ਦੋਨਾਂ ਗਾਣਿਆਂ ਨੂੰ ਇਹਨਾਂ ਦੇ ਫੈਨਸ ਵੱਲੋਂ। ਗੱਲ ਕਰੀਏ ਧੱਕਾ ਦੀ, ਤਾਂ ਇਸ ਗਾਣੇ ਨੂੰ 2,34,00,000 ਯਾਨੀ 23 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲੇ ਨੇ। ਉੱਥੇ ਹੀ ਦੂਜੇ ਪਾਸੇ ਕਰਨ ਔਜਲਾ ਦੇ ਗਾਣੇ ਚਿੱਟਾ ਕੁੜਤਾ ਨੂੰ 3,19,00,000 ਯਾਨੀ 31 ਮਿਲੀਅਨ ਵਿਊਜ਼ ਤੋਂ ਜ਼ਿਆਦਾ ਮਿਲੇ ਨੇ। ਯਾਨੀ ਵਿਊਜ਼ ਦੇ ਮਾਮਲੇ 'ਚ ਸਿੱਧੂ ਮੂਸੇਵਾਲਾ ਦੇ ਨਾਲ ਧੱਕਾ ਹੋ ਗਿਆ। ਜੇਕਰ ਗੱਲ ਕਰੀਏ ਇਹਨਾਂ ਦੋਨਾਂ ਗਾਣਿਆਂ ਦੇ ਲਾਈਕਸ ਦੀ, ਤਾਂ ਜਿੱਥੇ ਚਿੱਟਾ ਕੁੜਤਾ ਨੂੰ ਮਿਲੇ ਨੇ 6,17,000 ਤੋਂ ਜ਼ਿਆਦਾ ਲਾਈਕਸ, ਉੱਥੇ ਹੀ ਸਿੱਧੂ ਮੂਸੇਵਾਲੇ ਦੇ ਗਾਣੇ ਧੱਕਾ ਨੂੰ ਮਿਲੇ ਨੇ 6,55,000 ਤੋਂ ਜ਼ਿਆਦਾ ਲਾਈਕਸ। ਯਾਨੀ ਲਾਈਕਸ ਦੇ ਮਾਮਲੇ 'ਚ ਸਿੱਧੂ ਮੂਸੇਵਾਲਾ ਬਾਜੀ ਮਾਰ ਗਏ ਨੇ। ਤੇ ਹੁਣ ਗੱਲ ਕਰਦੇ ਹਾਂ ਇਹਨਾਂ ਗਾਣਿਆਂ 'ਤੇ ਆਏ ਕੋਮੈਂਟਸ ਦੀ, ਤਾਂ ਧੱਕਾ ਗਾਣੇ 'ਤੇ ਆਏ ਨੇ ਲਗਭਗ 61,500 ਕੋਮੈਂਟਸ। ਉੱਥੇ ਦੂਜੇ ਪਾਸੇ ਕਰਨ ਔਜਲਾ ਦੇ ਗਾਣੇ ਚਿੱਟਾ ਕੁੜਤਾ ਨੂੰ ਮਿਲੇ ਨੇ 66,500 ਤੋਂ ਜ਼ਿਆਦਾ ਕੋਮੈਂਟਸ। ਯਾਨੀ ਕੋਮੈਂਟਸ ਦੇ ਮਾਮਲੇ 'ਚ ਕਰਨ ਔਜਲਾ ਸਿੱਧੂ ਮੂਸੇਵਾਲਾ ਦੇ ਨਾਲ ਧੱਕਾ ਕਰ ਗਏ ਨੇ। ਇਹ ਸੀ ਕੰਪੈਰੀਜ਼ਨ 2 ਹਫ਼ਤਿਆਂ ਬਾਅਦ ਸਿੱਧੂ ਮੂਸੇਵਾਲਾ ਦੇ ਗਾਣੇ ਧੱਕਾ ਅਤੇ ਕਰਨ ਔਜਲਾ ਦੇ ਗਾਣੇ ਚਿੱਟਾ ਕੁੜਤਾ ਦਾ। ਜਿੱਥੇ ਇੱਕ ਪਾਸੇ ਸਿੱਧੂ ਮੂਸੇਵਾਲਾ ਨੂੰ ਲਾਈਕਸ ਜ਼ਿਆਦਾ ਮਿਲੇ ਨੇ, ਉੱਥੇ ਹੀ ਦੂਜੇ ਪਾਸੇ ਕਰਨ ਔਜਲਾ ਦੇ ਗਾਣੇ ਚਿੱਟਾ ਕੁੜਤਾ ਨੂੰ ਵਿਊਜ਼ ਜ਼ਿਆਦਾ ਮਿਲੇ ਨੇ। ਪਰ ਤੁਹਾਨੂੰ ਇਹਨਾਂ ਦੋਨਾਂ 'ਚੋਂ ਕਿਹੜਾ ਗਾਣਾ ਪਸੰਦ ਆਇਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਇਹ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।